आम आदमी पार्टी दे वल्लों पंजाब संगठन दे विच वड्डे बदलाव कीते गए ने। नवे स्टेट वाइस प्रेजिडेंट, वर्किंग प्रेजिडेंट अते जनरल सैकटरी दे नाल नाल यूथ विंग स्टेट प्रेजिडेंट का ऐलान किया गया है, जिस दे तहत जगरूप सिंह सेखवा नूं स्टेट जनरल सैकटरी बनाया गया है। दस दी कि हाल ही दे विच आम आदमी पार्टी ने जलंधर जमनी चोण च बेहद वधिया प्रदर्शन किया, वड्डी जित हासिल की, जिस दे बाद इह बदलाव किए गए ने। इस बारे होर गलबात करन लई साडे नाल फोन लाइन ते जगरूप सिंह सेखवा मौजूद ने। सेखवा साहब, तुहानू पार्टी दे वल्लों वड्डी जिम्मेवारी दित्ती गई है, किस तरीके नाल देखदे हो इस गल नूं? मैं तां जी सब तों पहलों साडे राष्ट्रीय कन्वीनर अरविंद केजरीवाल जी दा, साडे मुख्यमंत्री भगवंत मान जी दा और ਸਾਡੇ ਪਾਠਕ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਇਸ ਜ਼ਿੰਮੇਵਾਰੀ ਤੇ ਮੈਨੂੰ ਲਾਇਆ। ਔਰ ਮੈਂ ਪਾਰਟੀ ਨੂੰ ਇਹ ਯਕੀਨ ਦਵਾਉਂਦਾ ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਇਹਨੂੰ ਤਨਦੇਹੀ ਨਾਲ ਨਿਭਾਵਾਂਗੇ ਔਰ ਪਾਰਟੀ ਨੂੰ ਜਿਹੜਾ ਪਾਰਟੀ ਦਾ ਗ੍ਰਾਫ ਪੰਜਾਬ 'ਚ ਉੱਤੇ ਚੁੱਕਿਆ। ਮੰਨਿਆ ਜਾਂਦਾ ਕਿ ਜਿਹੜੀਆਂ ਜਲੰਧਰ MP ਚੋਣਾਂ 'ਚ ਜਿੱਤ ਹੋਈ ਹੈ, ਪਾਰਟੀ ਦੀ ਤੁਹਾਡਾ ਵੱਡਾ ਰੋਲ ਉਹਦੇ 'ਚ ਰਿਹਾ, ਤੁਸੀਂ ਅਹਿਮ ਭੂਮਿਕਾ ਨਿਭਾਈ ਹੈ ਤੇ ਉਹਦੇ ਸਦਕੇ ਵਜੋਂ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਜੀ ਜੀ ਜੀ, ਮੈਂ ਜੀ ਵੇਖੋ, ਪਾਰਟੀ ਨੇ ਜਿੱਥੇ ਡਿਊਟੀ ਲਈ ਹੈ ਅਸੀਂ ਤਾਂ ਪੂਰਾ ਤਨਦੇਹੀ ਨਾਲ ਕੰਮ ਕੀਤਾ ਔਰ ਸਾਰਿਆਂ ਨੇ ਕਲੈਕਟਿਵ ਐਫਰਟ ਸੀਗੇ। CM ਸਾਹਿਬ ਨੇ ਆਪ ਇੱਥੇ ਕੈਂਪ ਕੀਤਾ, ਕੇਜਰੀਵਾਲ ਸਾਹਿਬ ਨੇ ਕੀਤਾ, ਸਾਰਾ ਸੰਗਠਨ ਨੇ ਕੀਤਾ ਔਰ ਕਲੈਕਟਿਵ ਐਫਰਟ ਨਾਲ ਅਸੀਂ ਸੀਟ ਜਿੱਤੇ ਆ ਜੀ। ਬਹੁਤ ਵਧੀਆ ਰਿਹਾ ਜੀ। ਜੋ ਅੱਜ ਸੰਗਠਨ ਦੇ ਵਿੱਚ ਬਦਲਾਅ ਕੀਤੇ ਗਏ ਨੇ, ਨਵੇਂ ਅਹੁਦੇਦਾਰ ਜੋ ਐਲਾਨੇ ਗਏ ਨੇ, ਲੱਗਦਾ ਕਿ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ ਇਸ ਚੇਂਜ ਦੇ ਨਾਲ? ਬਿਲਕੁਲ ਜੀ, ਇਹਦੇ ਨਾਲ ਜਿਹੜਾ ਸੰਗਠਨ ਹੈ ਉਹ ਹੋਰ ਸਟਰੋਂਗ ਹੋਏਗਾ ਔਰ ਇੱਕ ਨਵੀਂ ਰੂਹ ਫੂਕੀ ਜਾਵੇਗੀ ਜੀ। ਬੜੀ ਲੋੜ ਸੀਗੀ ਸੰਗਠਨ ਨੂੰ ਸਟਰੈਂਥਨ ਕਰਨ ਦੀ ਔਰ ਇਹ ਬੜਾ ਅੱਛਾ ਜਾਏਗਾ ਜੀ। ਗੱਲਬਾਤ ਕਰਨ ਲਈ ਧੰਨਵਾਦ। ਥੈਂਕ ਯੂ। ਦੱਸ ਦਈਏ ਕਿ MLA ਬੁੱਧਰਾਮ ਨੂੰ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਗਿਆ, ਇਸ ਦੇ ਨਾਲ ਨਾਲ ਹੋਰ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ ਗਿਆ, ਜਿਸ ਦੇ ਬਾਅਦ CM ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਇਹਨਾਂ ਅਹੁਦੇਦਾਰਾਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ ਉਮੀਦ ਹੈ ਕਿ ਸਾਰੇ ਤਨਦੇਹੀ ਦੇ ਨਾਲ ਪੰਜਾਬ ਦੀ ਸੇਵਾ ਕਰਨਗੇ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV। ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸੰਗਠਨ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ। ਨਵੇਂ ਸਟੇਟ ਵਾਈਸ ਪ੍ਰੈਜ਼ੀਡੈਂਟ, ਵਰਕਿੰਗ ਪ੍ਰੈਜ਼ੀਡੈਂਟ ਅਤੇ ਜਨਰਲ ਸੈਕਟਰੀ ਦੇ ਨਾਲ ਨਾਲ ਯੂਥ ਵਿੰਗ ਸਟੇਟ ਪ੍ਰੈਜ਼ੀਡੈਂਟ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਜਗਰੂਪ ਸਿੰਘ ਸੇਖਵਾ ਨੂੰ ਸਟੇਟ ਜਨਰਲ ਸੈਕਟਰੀ ਬਣਾਇਆ ਗਿਆ। ਦੱਸ ਦਈਏ ਕਿ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਲੰਧਰ ਜ਼ਮਨੀ ਚੋਣ 'ਚ ਬੇਹੱਦ ਵਧੀਆ ਪ੍ਰਦਰਸ਼ਨ ਕੀਤਾ, ਵੱਡੀ ਜਿੱਤ ਹਾਸਲ ਕੀਤੀ, ਜਿਸ ਦੇ ਬਾਅਦ ਇਹ ਬਦਲਾਅ ਕੀਤੇ ਗਏ ਨੇ। ਇਸ ਬਾਰੇ ਹੋਰ ਗੱਲਬਾਤ ਕਰਨ ਲਈ ਸਾਡੇ ਨਾਲ ਫੋਨ ਲਾਈਨ ਤੇ ਜਗਰੂਪ ਸਿੰਘ ਸੇਖਵਾ ਮੌਜੂਦ ਨੇ। ਸੇਖਵਾ ਸਾਹਿਬ, ਤੁਹਾਨੂੰ ਪਾਰਟੀ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ, ਕਿਸ ਤਰੀਕੇ ਨਾਲ ਦੇਖਦੇ ਹੋ ਇਸ ਗੱਲ ਨੂੰ? ਮੈਂ ਤਾਂ ਜੀ ਸਭ ਤੋਂ ਪਹਿਲਾਂ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਪਾਠਕ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਇਸ ਜ਼ਿੰਮੇਵਾਰੀ ਤੇ ਮੈਨੂੰ ਲਾਇਆ। ਔਰ ਮੈਂ ਪਾਰਟੀ ਨੂੰ ਇਹ ਯਕੀਨ ਦਵਾਉਂਦਾ ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਇਹਨੂੰ ਤਨਦੇਹੀ ਨਾਲ ਨਿਭਾਵਾਂਗੇ ਔਰ ਪਾਰਟੀ ਨੂੰ ਜਿਹੜਾ ਪਾਰਟੀ ਦਾ ਗ੍ਰਾਫ ਪੰਜਾਬ 'ਚ ਉੱਤੇ ਚੁੱਕਿਆ। ਮੰਨਿਆ ਜਾਂਦਾ ਕਿ ਜਿਹੜੀਆਂ ਜਲੰਧਰ MP ਚੋਣਾਂ 'ਚ ਜਿੱਤ ਹੋਈ ਹੈ, ਪਾਰਟੀ ਦੀ ਤੁਹਾਡਾ ਵੱਡਾ ਰੋਲ ਉਹਦੇ 'ਚ ਰਿਹਾ, ਤੁਸੀਂ ਅਹਿਮ ਭੂਮਿਕਾ ਨਿਭਾਈ ਹੈ ਤੇ ਉਹਦੇ ਸਦਕੇ ਵਜੋਂ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਜੀ ਜੀ ਜੀ, ਮੈਂ ਜੀ ਵੇਖੋ, ਪਾਰਟੀ ਨੇ ਜਿੱਥੇ ਡਿਊਟੀ ਲਈ ਅਸੀਂ ਤਾਂ ਪੂਰਾ ਤਨਦੇਹੀ ਨਾਲ ਕੰਮ ਕੀਤਾ ਔਰ ਸਾਰਿਆਂ ਨੇ ਕਲੈਕਟਿਵ ਐਫਰਟ ਸੀਗੇ। CM ਸਾਹਿਬ ਨੇ ਆਪ ਇੱਥੇ ਕੈਂਪ ਕੀਤਾ, ਕੇਜਰੀਵਾਲ ਸਾਹਿਬ ਨੇ ਕੀਤਾ, ਸਾਰਾ ਸੰਗਠਨ ਨੇ ਕੀਤਾ ਔਰ ਕਲੈਕਟਿਵ ਐਫਰਟਸ ਨਾਲ ਅਸੀਂ ਸੀਟ ਜਿੱਤੇ ਆ ਜੀ। ਬਹੁਤ ਵਧੀਆ ਰਿਹਾ ਜੀ। ਜੋ ਅੱਜ ਸੰਗਠਨ ਦੇ ਵਿੱਚ ਬਦਲਾਅ ਕੀਤੇ ਗਏ ਨੇ, ਨਵੇਂ ਅਹੁਦੇਦਾਰ ਜੋ ਐਲਾਨੇ ਗਏ ਨੇ, ਲੱਗਦਾ ਕਿ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ ਇਸ ਚੇਂਜ ਦੇ ਨਾਲ? ਬਿਲਕੁਲ ਜੀ, ਇਹਦੇ ਨਾਲ ਜਿਹੜਾ ਸੰਗਠਨ ਹੈ ਉਹ ਹੋਰ ਸਟਰੋਂਗ ਹੋਏਗਾ ਔਰ ਇੱਕ ਨਵੀਂ ਰੂਹ ਫੂਕੀ ਜਾਵੇਗੀ ਜੀ। ਬੜੀ ਲੋੜ ਸੀਗੀ ਸੰਗਠਨ ਨੂੰ ਸਟਰੈਂਥਨ ਕਰਨ ਦੀ ਔਰ ਇਹ ਬੜਾ ਅੱਛਾ ਜਾਏਗਾ ਜੀ। ਗੱਲਬਾਤ ਕਰਨ ਲਈ ਧੰਨਵਾਦ। ਥੈਂਕ ਯੂ। ਦੱਸ ਦਈਏ ਕਿ MLA ਬੁੱਧਰਾਮ ਨੂੰ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਗਿਆ, ਇਸ ਦੇ ਨਾਲ ਨਾਲ ਹੋਰ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ ਗਿਆ, ਜਿਸ ਦੇ ਬਾਅਦ CM ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਇਹਨਾਂ ਅਹੁਦੇਦਾਰਾਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ ਉਮੀਦ ਹੈ ਕਿ ਸਾਰੇ ਤਨਦੇਹੀ ਦੇ ਨਾਲ ਪੰਜਾਬ ਦੀ ਸੇਵਾ ਕਰਨਗੇ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV।